अल फड़ ओ भाई दे गया खालस दुद्ध पाई दा एक नंबर सरदाई है साड़ी। हाँ जी यो सरदाई नहीं है भी जेड़े जाली बदाम ते झूठिया गल्लां सच्चिया गल्लां वा सच्चिया एक नंबर सरदाई आ पर असी पियाई दी लोकां नूं आ आप नहीं पी दी क्योंकि असी बणदी वेखी आ। चल जल्दी आ जा। हाय बाजी की होया की है? दो मिनट ठहर जा मैं थक गई हां। नहीं थक गई तू परसों दी टुरी ही है थक गई है मैं ते बोरी रख के लेके आई है बकवास कर दी है। बाजी तानू पता कितनी गर्मी है ले गर्मी तेनू कल्ली नू लगन डई है। हां भी तू सियालकोट टुरी है तेनू गर्मी लगदी पता भी है सनी दे आउन दा टाइम है। हां बाजी सनी आ रिया। हां बाजी मेरी गल भी ओदा ना करी तेरी गल की करदा मैं कह रहा भी 300 दी बाहर जाके बेच दे बकवास कर दी है तेरा बेहनोई लगदा है चबला मार दी है। खैर है साइड ते हो जा। खैर है जा रहे अज तो बड़े नहा धो के अगे असी लिबड़ के जानी है हुनिया भी अगे मुंह ते गारा मल के जानी है। हां भाई हां चाहिए पीटो नहीं मान भाई। हां चल इधर हो जा तेरे नजर लग जाएगी जा अपना काम करो जाके। अज तो जा रहे चलाओ छड़े आने कहंदे लै छड़े आने असी लाश छड़े आने हैं कैसा तेरा कुत्ते रे पैर अरगा मुंह है गल्ला किनिया करने है तू काम कर अपना जाके चल नहीं। हां बाजी जो वेला जान दा सानू छेड़ना आ जांदा। हाय बाजी खलोया मेनू प्यास लगी है। नहीं प्यास लगी तेरे जलूस चो कढ के हटी आ भी तू 500 इट सिट के हटी आ तेनू इन्नी प्यास लग गई है। बाजी तू ते ऐ तुरन नहीं आ जिदा अगे वेला लेके फड़े है। हां तेनू मैं पीछे पानी पिला के आई आ तेनू तेरे अंदर पता नहीं रेत आ तू की वेखण डया वे ए लाश है जेने मुड़ मुड़ वेखण डया मैं तेरी लत्तां पांदा जी कुत्ते आ जे आ ਕਿੱਦਾਂ ਤੂੰ ਦੇਖਦੀ ਹੈ ਚੱਲ ਠੁਰ ਪਤਾ ਵੀ ਹੈ ਸਨੀ ਦੇ ਆਉਣ ਦਾ ਟਾਈਮ ਹੋਇਆ। ਹਾਏ ਬਾਜੀ ਮੈਨੂੰ ਸਰਦਾਈ ਭਲਾ ਦੇ। ਨਹੀਂ ਸਰਦਾਈ ਵਾਲੀ ਦੁਕਾਨ ਤੇ ਲੈ ਗਏ ਹੋਰ ਪੈਟਰੋਲ ਪੰਪ ਤੇ ਲੈ ਕੇ ਆਈ ਆ ਤੈਨੂੰ ਤੈਨੂੰ ਪਤਾ ਤੈਨੂੰ ਲੱਗਣ ਦੇ ਵੀ ਸਰਦਾਈ ਆ ਹੋਰ ਜੁੱਤੀਆਂ ਕੰਨਣ ਡਿਆ ਆ। ਮੈਂ ਕਿਹਾ ਇਸ ਲਈ ਕਿਹਾ ਮੈਂ ਅੱਗੇ ਅੱਗੇ ਨਾ ਨੰਗ ਜੀ ਬਕਵਾਸ ਅੱਗੇ ਬੜਾ ਮੈਂ ਲਈਏ ਚੱਲੀ ਸੀ ਚਵਲਾ ਮਾਰਦੀ ਆ ਉਹ ਨਿਕਿਆ ਇੱਥੇ ਉੱਤੇ ਬੈ ਓਏ ਆਓ ਜੀ ਆਓ ਬਿਸਮਿਲਲਾ ਬੈਠੋ ਚੱਲ ਨਹੀਂ ਬੈਠ ਕੀ ਹਾਲ ਚਾਲ ਜੀ ਚੰਗਾ ਆ ਤੁਸੀਂ ਸੁਣਾਓ ਠੀਕ ਠਾਕ ਹਾਂ ਜੀ ਸ਼ੁਕਰ ਆ। ਹਾਂ ਬਸ ਰਸਤੇ ਦੇ ਵਿੱਚ ਇਹਨੂੰ ਪਿਆਸ ਲੱਗ ਗਈ ਮੈਨੂੰ ਤਾਂ ਆਰਾਮ ਆ। ਅੱਛਾ ਮੈਂ ਪਿੱਛੇ ਵੀ 3 ਗਲਾਸ ਪਲਾ ਕੇ ਆਈ ਪਤਾ ਨਹੀਂ ਇਹਦੀ ਵੱਖੀ ਪਾਰਟੀ ਹੈ ਸਾਰਾ ਪਾਣੀ ਜ਼ਾਇਆ ਹੋਈ ਜਾਣ ਡਿਆ ਸਾਰਾ ਕੁਝ ਪਿਆਵਾਂਗੇ ਅਸੀਂ ਪਿਆਵਾਂਗੇ ਆ ਛੋਟਾ 50 ਰੁਪਏ ਦਾ ਵੱਡਾ 70 ਰੁਪਏ ਦਾ ਨਹੀਂ ਕਿਹੜਾ ਪੀਣਾ ਨਹੀਂ ਤੂੰ ਬਾਜੀ ਦੋਨੇ ਪਿਆ ਦੇ ਨਹੀਂ ਦੋਨੇ ਕਾਤੇ ਪੀਣੀ ਕੀ ਗੱਲ ਹੈ ਹੈ ਅੰਦਰ ਤੇਰੇ ਰੇਤ ਆ ਵੀ ਜਾਂਦਾ ਪਾਣੀ ਅੰਦਰ ਜਬਤ ਹੋ ਜਾਂਦਾ ਤੇਰਾ ਬਾਜੀ ਤੈਨੂੰ ਪਿਆਸ ਨਹੀਂ ਲੱਗੀ ਮੈਨੂੰ ਲੱਗੀ ਮੈਂ ਕਿਹਾ ਦੋਨੇ ਪੀ ਲੈਂਦੀ ਆ ਛੋਟਾ ਗਲਾਸ ਦੇ ਤੇ ਮੈਨੂੰ ਵੱਡਾ ਦੇ ਦੇ ਹਾਂ ਵੱਡਾ ਤੁਸੀਂ ਹੱਥ ਬਦਾਮ ਜ਼ਰਾ ਜ਼ਿਆਦਾ ਪਾ ਲੈ। अच्छा जी बादाम की गल आज कुश्ती है किधर कोला कुछ जेड़े कुश्ती वाले हो आंदे तेरे कोल। हां खालस बादाम आ साडे कोल खालस सरदाई बनाई दी आ। इहदे नाल की करदा है इहदे नाल मैं इहनू कोटा चलाई दा वा इहदे विच बादाम रगड़ी दे आ बादाम तू इह तो मिंदे जला दे विच बजरी पत्थर कुटदा है एडी तां हुंदी नहीं है इह मशीन इह एडी मशीन हुंदी आ असी केड़ा किते एक दो बंदियां लई बनाई दा वा। दो गिलास बना फौरी दो गिलास एडा फ्री ना हो साडे नाल नहीं अजे तक सनी नहीं आया मैं तो हैरान हां ਸਨੀ ਰਹਿ ਕਿੱਥੇ ਗਿਆ ਆ ਉਹ ਨਿਕਿਆ ਓਏ ਆ ਚੀਨੀ ਜਰਾ ਘੱਟ ਰੱਖੀ ਮੈਂ ਵੀ ਕਹਾਂ ਅੱਜ ਬਾਜੀ ਤਿਆਰ ਹੋਣੀ ਟਾਈਮ ਟਾਈਮ ਨਹੀਂ ਸਪੀਟੋ ਗੱਲ ਸੁਣ ਲਿਆ ਕਰ ਤੈਨੂੰ ਪਤਾ ਸਨੀ ਮੇਰੀ ਜਾਨ ਆ ਮੈਂ ਸਨੀ ਤੋਂ ਬਗੈਰ ਰਹਿ ਨਹੀਂ ਸਕਦੀ ਬਾਜੀ ਮੈਨੂੰ ਪਤਾ ਤੇਰੀ ਜਾਨ ਆ ਸਨੀ ਮੇਰਾ ਪਿਆਰ ਹੈ ਸਨੀ ਸਨੀ ਤੇ ਮੈਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦਾ। ਅੱਛਾ ਹਾਂ ਮੈਂ ਰੋ ਡਰ ਤੇ ਕਦੋਂ ਨਿਕਲਦੀ ਆ ਬਾਹਰ ਹਾਂ ਪਰ ਬਾਜੀ ਅੱਜ ਮੈਨੂੰ ਮੁਰਕ 500 ਰੁਪਿਆ ਲੈ ਕੇ ਦੇਣਾ ਕਿਉਂ ਕੀ ਗੱਲ ਅੱਜ ਤੈਨੂੰ ਕਿਉਂ ਲੈ ਕੇ ਦੇਣਾ ਹੈ ਤੇਰੇ ਕੋ ਖੋ ਕੇ ਲੈ ਜਵੇਂ ਫਾਇਦਾ ਕੀ ਹੈ ਤੈਨੂੰ ਪਤਾ ਨਹੀਂ ਮੇਰੀ ਅੱਜ ਸਾਲਗਿਰਾ ਹੈ ਸਾਲਗਿਰਾ ਅੱਜ ਤੈਨੂੰ ਛੋਟੀ ਜੀ ਪੇਸਟੀ ਦੇ ਦੇਾਂਗੇ ਉਹ ਫੜ ਕੇ ਬਲੇਟ ਨਾ ਕੱਟ ਲਓ। ਐ ਲੋ ਜੀ ਹਾਂ ਲਓ ਜੀ ਤੁਸੀਂ ਐਚ ਤੇ ਨੇ ਡੁੱਬ ਕੇ ਮਰ ਜਾਣਾ ਵਾ ਇਹਦੇ ਲਈ ਤੇ ਮੌਤ ਦਾ ਖੂਹ ਬੇ ਜੁਗਤਾਂ ਕਾਤੇ ਕਰੀ ਜਾਣ ਡਿਆ ਆ ਤੂੰ ਏਡਾ ਕਾਤੇ ਫ੍ਰੀ ਹੋਣ ਡਿਆ ਆ ਅੱਲਾ ਵਾਸਤੇ ਪੀਣੀ ਹੈ ਤੇਰੇ ਕੋਲ ਨਹੀਂ 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 ਗੱਲਾਂ ਕਿੰਨੀਆਂ ਕਰਨ ਡਿਆ ਤੂੰ ਐ ਲੋ ਭਾਈ ਮੈਂ ਮਰ ਗਿਆ ਕਿੰਨਾ ਠੰਡਾ ਆ ਹੈ ਹਾਂ ਠੰਡਾ ਨਾ ਹੋਰ ਸੁਣਾ ਹਾਂ ਬਾਜੀ ਮਜ਼ੇਦਾਰ ਮਜ਼ੇਦਾਰ ਮਿੱਠਾ ਵੀ ਆ ਹਾਂ ਮਿੱਠਾ ਹੀ ਹੁੰਦਾ ਆ ਔਰ ਵਿੱਚ ਰੇਤ ਪਾਈ ਹੁੰਦੀ ਆ ਮਿੱਠਾ ਹੀ ਹੋਣਾ ਇਹਨੇ ਨਹੀਂ ਆਇਆ ਦਾ ਨਾ ਕੀ ਆ ਦਾ ਇਹਨਾਂ ਸਪੀਟੋ ਸਪੀਟੋ ਦਾ ਗਮਲਾ ਕਿੱਥੇ ਆ ਵੇ ਗੱਲਾਂ ਫालतू ਨਾ ਕਰ ਸਮਝ ਲਗੀ ਏਡਾ ਫਰੀ ਨਾ ਹੋਏ ਸਾਡੇ ਨਾਲ ਗੱਲਾਂ ਕਰਨ ਨੇ ਆ ਸਹੀ ਆ ਸਪੀਟੋ ਹਾਂਜੀ ਹਾਂਜੀ ਉਹ ਮੈਂ ਮਰ ਗਈ ਨਹੀਂ ਕਿੰਨਾ ਠੰਡ ਪੈ ਗਈ ਹੈ ਜਿਹੜੀ ਸਣੀ ਪਾਂਦਾ
ਸਨੀ ਤੂੰ ਵੇਖਦੇ ਆ ਮੈਨੂੰ ਠੰਡ ਪੈ ਜਾਂਦੀ ਹੈ। ਅੱਛਾ ਇੱਕ ਨਾ ਸਪੈਸ਼ਲ ਜਿਹਾ ਬਣਾਉਣਾ ਗਲਾਸ, ਸਪੈਸ਼ਲ ਕਿਹੜਾ? ਉਹਦੇ ਵਿੱਚ ਬਦਾਮ ਤੇ ਹਰ ਚੀਜ਼ ਜਿਹੜੀ ਹੈ ਨਾ ਉਹ ਜ਼ਿਆਦਾ ਪਾਉਣੀ ਹੈ। ਹਾਂਜੀ ਉਹ ਕਿਹਦੇ ਵਾਸਤੇ ਤੁਸੀਂ? ਬਸ ਅਸੀਂ ਦੱਸਣਾ ਨਹੀਂ ਹੈਗਾ ਪਰ ਸਾਡੇ ਮਹਿਮਾਨ ਆ ਰਹੇ। ਹਾਂਜੀ ਮਹਿਮਾਨ ਆ ਰਹੇ। ਹਾਂ ਮਹਿਮਾਨ ਵੀ ਕਿਤੇ ਤੁਹਾਡੇ ਕੋਈ ਵਾਵਾ ਕੋਈ ਫੰਕਸ਼ਨ ਤੇ ਚੱਲੇ ਅੱਜ? ਹਾਏ ਮੈਂ ਮਰ ਗਈ। ਹਾਂ ਨਾ 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 ਸਨੀ ਨੂੰ ਪਤਾ ਲੱਗ ਗਿਆ ਤੇ ਉਹ ਤੇ ਜਾਨੋਂ ਮੈਨੂੰ ਮਾਰ ਦੇਗਾ। ਹਾਂਜੀ ਨਾ ਨਾ ਹਾਂ ਮਜ਼ਾ ਆ ਗਿਆ ਮਨ ਇੰਨੀ ਠੰਡੀ। ਹਾਏ ਅੱਲਾ ਮੈਨੂੰ ਤਾਂ ਠੰਡ ਪੈ ਗਈ। ਹੋਰ ਲਿਆਵਾ ਜੀ? ਬਸ ਚਲੋ ਇੱਕ ਮੇਰੇ ਵੱਲੋਂ ਪੀ ਲਓ। ਨਹੀਂ ਕੋਈ ਨਹੀਂ ਪੀ ਲੈਣੇ ਤੁਸੀਂ ਫੜੋ। ਹਾਏ ਅੱਲਾ ਬਾਜੀ ਠੰਡ ਪਾਤੀ। ਨਹੀਂ ਮੈਂ ਤੇਰੇ ਬੜੇ ਮੋਰਾਂ ਤੇ ਬਰਫ਼ ਰੱਖ ਦਿੱਤੀ ਆ, ਠੰਡ ਪਾਤੀ ਆ। ਇਹਨੂੰ ਤੇ ਠੰਡੇ ਦੇ ਉੱਤੇ ਭਾਵੇਂ ਬੋਰੀ ਭੇਂ ਕੇ ਦੇ ਪੈ ਜਾਣੀ ਸੀ। ਬਕਵਾਸ ਬੰਦ ਕਰ, ਬੋਰੀ ਭੇਂ ਕੇ ਤੂੰ ਫਰ ਫਰੀ ਕਾਤੇ ਏਡਾ ਹੋਇਆ ਹੁੰਦਾ ਹੈ। ਖੁਸਰਾ ਕੀ ਕੱਚਾ ਕੱਚਾ ਖੁਸਰਾ ਕੌਣ ਹੈ? ਖਬਰਦਾਰ ਖੁਸਰਾ ਕਿਆ? ਮੇਰੀ ਇਹ ਛੋਟੀ ਭੈਣ ਹੈ ਸਪੀਟੋ। ਕਿਉਂ ਨਹੀਂ ਸਪੀਟੋ? ਹਾਂਜੀ ਬਾਜੀ ਹਾਂਜੀ ਬਾਜੀ ਨੇ ਮੈਨੂੰ ਲਾਡਾ ਨਾਲ ਪਾਲਿਆ ਵਾ। ਹਾਂ ਲਾਡਾ ਨਾਲ ਪਾਲਿਆ। ਇਹ ਨਾਂ ਇਹਦਾ ਕਿਹੋ ਜਿਹਾ? ਸਪੀਟੋ ਸਪੀਟੋ ਸਪੀਡ ਬਹੁਤ ਹੈ ਜੀ, ਹਰ ਕੰਮ ਦੇ ਵਿੱਚ ਇਹਦੀ ਸਪੀਡ ਆ। ਅੱਛਾ ਜੀ। ਹਾਂ ਜਦੋਂ ਦੌੜਦੀ ਹੈ ਉਦੋਂ ਬੜੀ ਸਪੀਡ 'ਚ, ਜਦੋਂ ਗੱਲ ਕਰਦੀ ਉਦੋਂ ਬੜੀ ਸਪੀਡ 'ਚ, ਜਦੋਂ ਫੰਕਸ਼ਨ ਆ ਜਾਵੇ ਗਾਣਾ ਕਿਤੇ ਹੁੰਦਾ ਆ ਇਹ ਸਪੀਡ 'ਚ, ਉਹ ਗਾਣੇ ਤੋਂ ਵੀ ਅੱਗੇ ਹੁੰਦੀ 1.5 ਕਿਲੋਮੀਟਰ। ਇੱਦਾਂ ਦਾ ਨੱਚਦੀ ਹੈ? ਬਹੁਤ ਨੱਚਦੀ ਹੈ ਇਹ। ਸਭ ਤੋਂ ਬਹੁਤੇ ਪੈਸੇ ਤੁਹਾਨੂੰ ਹੁੰਦੇ ਜਾਂ ਇਹਨੂੰ ਹੁੰਦੇ? ਇਹਨੂੰ ਹੁੰਦੇ ਆ, ਕਿਉਂਕਿ ਇਹਨੂੰ ਤਮਾਸ਼ਬੀਨ ਬਹਿ ਕੇ ਵੇਲਾ ਦਿੰਦੇ ਆ, ਇਹ ਸਾਰਾ ਗਾਣਾ ਬਹਿ ਕੇ ਐ ਕਰ ਦਿੰਦੀ ਹੈ। ਅਸੀਂ ਜਿਹੜੇ ਖਲੋਤੇ ਹੁੰਦੇ ਇਸ ਕਰਕੇ ਜ਼ਰਾ ਵੇਲ ਉੱਚੀ ਪੈਂਦੀ। ਹਾਂਜੀ ਕਿਉਂ ਨਹੀਂ ਪੈਸੇ ਕਮਾ ਲੈਂਦੇ? ਹੈ ਪੈਸੇ ਕਿੰਨੇ ਕਮਾ ਲੈਂਦੇ? ਪੈਸੇ ਮੈਂ ਤੇ ਕਦੀ 50,000 ਵੀ ਕਮਾ ਲੈਂਦੀ ਹਾਂ। ਅੱਛਾ ਜੀ। ਹਾਂ ਇਹ 15-20 ਰੁਪਏ ਕਮਾਉਂਦੀ ਹੈ। ਤੇ ਫਿਰ ਬਹੁਤੇ ਤੁਸੀਂ ਕਮਾਉਂਦੇ? ਇਹਨੂੰ ਸਾਰੇ ਜਿੰਨੇ ਪੈਸੇ ਹੁੰਦੇ ਆ ਥੱਲੇ ਚੁਗਣ ਵਾਲੇ ਹੁੰਦੇ ਆ, ਮੈਨੂੰ ਫੜਨ ਵਾਲੇ ਹੁੰਦੇ ਆ, ਕਿਉਂਕਿ ਬਾਜੀ ਤੋਂ ਪੈਸੇ ਰੁਪਏ 10-10, 20-20 ਰੁਪਏ, 100-100 ਰੁਪਏ ਹੁੰਦੇ ਆ। ਕੀ ਬਾਜੀ ਸਖਤ ਸਦਕਾ ਲੈਂਦੀ ਆ ਤੇ ਉਤੋਂ ਦੀ ਬਾਹਰ ਕੇ ਬਾਜੀ ਨੂੰ ਦੇ ਜਾਂਦੇ? ਬਕਵਾਸ ਕਰਦੀ ਆ, ਆਪਣੀ ਜ਼ਬਾਨ ਤੇ ਜ਼ਰਾ ਕੰਟਰੋਲ ਕਰਿਆ ਕਰ ਕੁੱਤੀਏ ਜੀ, ਬਾਹਰ ਆ ਕੇ ਕਿੰਨੀ ਤੇਜ਼ ਹੋ ਜਾਂਦੀ ਆ ਤੂੰ ਬਾਜੀ। ਅੱਜ ਮੈਨੂੰ ਬਸ ਬਸ ਰੋਈ ਨਾ ਰੋਈ ਨਾ, ਮੈਂ ਤੈਨੂੰ ਦੱਸ ਦਮ ਜੇ ਤੂੰ ਰੋਈ ਤੇ ਮੇਰਾ ਹਾਸਾ ਨਿਕਲ ਜਾਣਾ ਜਿਹੋ ਜਿਹਾ ਤੇਰਾ ਮੂੰਹ ਬਣਦਾ। ਅੱਛਾ ਗੱਲ ਸੁਣ, ਇਹ ਖੁਸਰੇ ਆਂਡਿਆਂ ਚੋਂ ਨਿਕਲਦੇ ਆ? ਹਾਂ ਹੈ ਵੀ, ਤੂੰ ਕਾਹਦੇ ਇੰਨਾ ਫ੍ਰੀ ਹੋਇਆ ਆ? ਤੈਨੂੰ ਅਸੀਂ ਪੈਸੇ ਦੇਣੇ ਅੱਲਾ ਵਾਸਤੇ ਸਰਦਾਈ ਤੇ ਕੋਈ ਪੀਣੀ ਆ? ਐਵੇਂ ਪੁੱਛਿਆ ਹੀ ਆ, ਫਿਰ ਕਿਹੜੀ ਗੱਲ ਆ? ਕੈਸਾ ਤੇਰਾ ਸ਼ਿਮਰ ਦੀ ਬਗਲ ਵਰਗਾ ਮੂੰਹ, ਗੱਲਾਂ ਕਿੰਨੀਆਂ ਕਰਨ ਡਿਆ ਤੂੰ? ਜਾ ਜਾ ਕੇ ਆਪਣੀ ਦੁਕਾਨਦਾਰੀ ਕਰ। ਇਹ ਕੀ ਆ? ਹੈ ਇਹ ਕੀ ਆ? ਨੱਚਦਿਆਂ ਕਿਸੇ ਦੇ ਪੈਰਾਂ 'ਚ ਤਾਂ ਨਹੀਂ ਆ ਜਾਂਦੀ? ਪੈਰਾਂ 'ਚ ਕਿਉਂ ਆ ਜਾਂਦੀ, ਕੀ ਗੱਲ ਆ? ਹੈ ਬਦਮਾ ਰੱਸਾ ਆ ਇਹ ਜੀ? ਮੈਂ ਕਿਹਾ ਪਤਾ ਨਹੀਂ ਮਿੰਤਰਲੇ ਵਾਲਾ ਖੁਸਰਾ ਹੈ। ਮਿੰਤਰਲੇ ਵਾਲਾ ਹੈ, ਜਾ ਕੰਮ ਕਰ ਆਪਣਾ, ਜਾ ਕੇ ਕੰਮ ਹੀ ਕਰਨ ਦੇ ਕੰਮ ਕਰਨ ਦੇ ਆ। ਇੰਨੀ ਕੁ ਤੇਰੀ ਦੁਕਾਨਦਾਰੀ ਗੱਲਾਂ ਕਿੰਨੀਆਂ ਕਰਨ ਦੇ ਆ? ਸਨੀ ਆ ਜਾਂਦਾ, ਮੈਨੂੰ ਫੋਨ ਆਇਆ ਸੀ ਕਹਿੰਦਾ ਮੈਂ ਜਰਾ ਥੋੜਾ ਛੋਟਾ ਕੰਮ ਹੈ ਤੇ ਕਰਕੇ ਫੌਰੀ ਆ। ਪ੍ਰੋਗਰਾਮ ਕਿਹੜੇ ਇਲਾਕਿਆਂ ਦੇ ਬਹੁਤੇ ਕਰਦੇ ਹੋ? ਹੈ ਜਿਸ ਇਲਾਕੇ ਦੇ ਵਿੱਚ ਅੱਜ ਵੀ ਅਸੀਂ ਉੱਥੇ ਕਰ ਰਹੇ ਤੇ ਇਲਾਕੇ ਕੋਈ ਜ਼ਰੂਰੀ ਹੈ ਵੀ ਸਾਨੂੰ ਪਹਿਲਾਂ ਇਲਾਕਾ ਅਸੀਂ ਲੱਭੀਏ ਤੇ ਫਿਰ ਅਸੀਂ ਪ੍ਰੋਗਰਾਮ ਲੱਭੀਏ। ਨਹੀਂ ਤੁਸੀਂ ਪੈ ਪੂਏ ਐਡਵਾਂਸ ਡੂਸ ਲੈਂਦੇ ਹੋ? ਐਡਵਾਂਸ ਲਈਦਾ ਅਸੀਂ, ਅਸੀਂ ਕਿਉਂ ਐਡਵਾਂਸ ਕਿਉਂ ਛੱਡੀਏ? ਅਸੀਂ ਅਸੀਂ ਜਿਸ ਫੰਕਸ਼ਨ ਤੇ ਗਏ ਪਹਿਲਾਂ ਐਡਵਾਂਸ ਲਿਆ। ਹਾਂ ਕਿੰਨੇ ਪੈਸੇ ਲੈਂਦੇ ਪ੍ਰੋਗਰਾਮ ਦੇ? ਅਸੀਂ 50,000 ਰੁਪਈਆ ਵੀ ਲੈ ਲਈਦਾ ਐਡਵਾਂਸ। ਤੇ ਕਿੰਨੀ ਵਾਰੀ ਨੱਚਦੇ ਉੱਚ? ਹੈ ਕਿੰਨੀ ਵਾਰੀ ਕੀ ਹੋਣਾ ਸੀ? ਪਹਿਲੀ ਵਾਰੀ ਨੱਚਦੇ ਭੁੱਲ ਜਾਂਦੇ ਵੀ ਅਸੀਂ ਸ਼ੁਰੂ ਤੋਂ ਆਉਣਾ ਹੁੰਦਾ। ਇੱਕ ਗਾਣਾ ਲਾ ਦਿਓ ਬਸ, 1-2-4-5 ਗਾਣੇ ਅਸੀਂ ਕਰਦੀ ਹਾਂ, ਜ਼ਿਆਦਾ ਨਹੀਂ ਕਰਦੀ। ਹਾਂ 4-5 ਗਾਣੇ 50,000 ਰੁਪਈਏ ਦੇ ਰੇਟ ਆ। ਸਾਡਾ ਗਲਾਸ 17 ਦਾ ਵਾ ਤੇ ਤੁਹਾਡੇ ਗਾਣੇ 50,000 ਰੁਪਈਏ ਦੇ? ਤੇਰਾ ਗਲਾਸ ਕਦੋਂ ਜਿਹੜਾ ਕਰਦਾ ਹੈ? ਅਸੀਂ ਤਾਂ ਨੱਚਦੀਆਂ ਆ ਤੇ ਤੇਰਾ ਗਲਾਸ ਕਦੋਂ ਐ ਕਰਨ ਲੱਗ ਪੈਂਦਾ? ਮੇਰੀ ਬਾਜੀ ਐ ਠੁਮਕਾ ਲੈਂਦੀ, ਵੇਖਣ ਦਾ ਮਜ਼ਾ ਆਉਂਦਾ। ਆ ਵੇ ਸਾਰਾ ਠੁਮਕਾ ਬਾਹਰ ਕੱਢਿਆ, ਨਦਰ ਫੇਰ ਨਹੀਂ ਆਉਂਦਾ। ਕੁੱਤੀ ਨਾ ਹੋਵੇ ਤਾਂ, ਬਕਵਾਸ ਕਿੰਨੀ ਕਰਦੀ ਹੈ, ਸਪੀਟੋ ਨਾ ਹੋਵੇ ਤਾਂ ਮੈਂ 2 ਗਲਾਸ ਪੈਕ ਕਰਦੇ ਹੋਰ। ਕਿਉਂ? ਮਹਿਮਾਨ ਆ ਰਹੇ ਨੇ ਮੇਰੇ। ਮਹਿਮਾਨ ਕੌਣ ਆ ਰਹੇ? ਤੁਸੀਂ ਕਦੋਂ ਦੇ ਕਹਿ ਰਹੇ ਆ? ਇਹਦੇ ਦੋਸਤ ਆ ਰਹੇ ਨੇ, ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਹਰ ਗੱਲ ਤੇਰੇ ਨਾਲ ਕਰਾਂ। ਤੂੰ ਕੋ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਕਿ ਤੂੰ ਸਾਡਾ ਕੋਈ ਰਿਸ਼ਤੇਦਾਰ ਲੱਗਦਾ ਆ? ਇੱਥੇ ਕਿਉਂ ਖਲੋਤਾ ਹੈ? ਜਾ ਆਪਣਾ ਕੰਮ ਕਰ ਜਾ ਕੇ। ਪਹਿਲੇ ਤਾਂ 120 ਦਿਓ ਹੁਣ। ਕਿਹੜੇ 120 ਰੁਪਏ ਦਿਓ? 17 ਦਾ ਤੁਸੀਂ ਡੱਫਿਆ ਵਾ, 50 ਦਾ ਉਹਨੇ। ਡੱਫਿਆ ਕੀ ਹੁੰਦਾ ਵੇ? ਪੀਤਾ। ਬਕਵਾਸ ਕਰ, ਚੱਲ ਆਪਣੀ ਦੁਕਾਨ ਤੇ ਖਲੋ ਜਾ ਕੇ, ਵਧੀਆ ਗੱਲਾਂ ਨਾ ਕਰ। ਚਲੋ 100 ਰੁਪਇਆ ਦੇ ਦਿਓ। ਵੀ ਜਾਣ ਦੇਵੇ ਸਾਨੂੰ ਤਾਂ ਵੈਸੇ ਅਗਲੇ, ਅਸੀਂ ਨੰਗੀਏ ਤੇ ਸਾਡੇ ਤੋਂ 200-400 ਵਾਰ ਦਿੰਦੇ ਆ, ਤੂੰ 100 ਨਹੀਂ ਛੱਡ ਸਕਦਾ? ਵਾਰ ਕਿਹੜੀ ਗੱਲੋਂ ਦਿੰਦੇ ਆ? ਬਕਵਾਸ ਕਰਦਾ ਤੂੰ। ਨਹੀਂ ਸਨੀ ਨੂੰ ਫੋਨ ਕਰ ਲਾ, ਨਹੀਂ ਕਿੱਥੇ ਰਹਿ ਗਿਆ ਹੈ ਪਤਾ ਵੀ ਆ ਵੀ
ਇਹਨੂੰ ਘੁਮਾ ਕੇ ਸੁੱਟੋ ਹਸਨੀਆ ਲਾਪੀ ਲੈ ਆਓ ਘੁਮਾ ਕੇ ਕੀ ਲਾਟੂਗਾ ਉਹ ਘੁਮਾ ਕੇ ਮੈਂ ਸਿੱਟਾ ਉਹਨੂੰ ਤੂੰ ਬੋਲਦਾ ਕਿਦਾਂ ਤੇਰੀ ਤਮੀਜ਼ ਨਹੀਂ ਹੈਗੀ ਗੱਲ ਕਰਨ ਦੀ ਮੈਂ ਤੇਰੇ ਮੂੰਹ ਵੱਲ ਦੇਖੀ ਜਾਣ ਡਈ ਆ ਮੈਂ ਤੇ ਐਵੇਂ ਪੁੱਛਿਆ ਹੀ ਹੈ ਤੂੰ ਕਿ ਪੁੱਛਿਆ ਸੀ ਮਾਮਾ ਲੱਗਦਾ ਤੂੰ ਸਾਡਾ ਤੂੰ ਪੁੱਛੇ ਮੇਰੀ ਬਾਜੀ ਦਾ ਮੂੰਹ ਨਾ ਖਰਾਬ ਕਰੀ ਕੱਲ ਉਹਨੇ ਕੁੱਤੇ ਨੂੰ ਦੰਦੀ ਵੱਢੀ ਉਹਨੂੰ ਗਸ਼ ਪੈ ਗਿਆ ਹਾਂ ਉਸੇ ਟਾਈਮ ਫੁੜ ਕੇ ਨਹੀਂ ਬਕਵਾਸ ਬੰਦ ਕਰਨੀ ਹਾਂ ਉਹ ਕੁੱਤਾ ਸੀ ਚਵੜਾ ਮਾਰ ਨਹੀਂ ਆ ਬਾਜੀ ਮੈਨੂੰ ਦੂਰੋਂ ਕੁੱਤਾ ਹੀ ਲੱਗਾ ਸੀ ਆਪਣਾ ਪਤਾ ਕੋਈ ਨਹੀਂ ਆਪ ਐਡੀ ਐਡੀ ਸਪੀਡ ਦੇ ਵਿੱਚੋਂ ਲੰਘੀ ਆ ਅਗਰ ਨੁੱਕਰ ਤੋਂ ਕੁੱਤਾ ਆਇਆ ਇਹਦੇ ਮੱਥੇ ਦੇ ਵਿੱਚ ਵਜਾ ਕੇ ਦੋ ਘੰਟੇ ਮੱਥਾ ਲੈ ਕੇ ਬੈਠੀ ਰਹੀ ਆ ਆਪਣਾ ਦੱਸਦੀ ਨਹੀਂ ਇਹ ਸਵੇਰੇ ਸਵੇਰੇ ਲੱਗਦੀ ਕੁੱਤੇ ਦੇ ਮੱਥੇ ਆ ਹਾਂ ਮੈਂ ਤੈਨੂੰ ਕਿਹਾ ਸੀ ਵੀ ਸਿੱਧਾ ਲੰਘ ਜੇ ਨਹੀਂ ਸਰਦਾਈ ਵਾਲੇ ਕੋ ਜਾਣਾ ਸਰਦਾਈ ਵਾਲੇ ਕੋ ਜਾਣਾ ਮੈਂ ਕੁੱਤਾ ਵਾਂ ਤੂੰ ਘੱਟ ਵੀ ਕਦੋਂ ਆ ਮੈਂ ਸਰਦਾਈ ਵਾਲਾ ਵਾਂ ਐਡਾ ਤੂੰ ਰਸਾਈ ਵਾਲਾ ਜਾਂ ਕੰਮ ਕਰ ਆਪਣੇ ਜਾ ਕੇ ਸਵੇਰੇ ਸਵੇਰੇ ਸਾਨੂੰ ਕਿਸੇ ਕੰਮ ਦੇ ਮੱਥੇ ਲੱਗਣ ਦੇ ਕੰਮ ਕਿਹੜੇ ਤੁਸੀਂ ਨਿਕਲੇ ਹੋ ਜਦੇ ਮੱਥੇ ਹੀ ਨਹੀਂ ਲੱਗੇ ਹਜੇ ਤੱਕ ਸਾਹ ਵੀ ਚੜ ਗਿਆ ਵੀ ਸਾਹ ਚੜ ਗਿਆ ਸੀ ਉੱਥੋਂ ਆਈਆਂ ਪਿੰਡੋਂ ਤੈਨੂੰ ਪਤਾ ਹੀ ਹੈ ਨਾ ਸਾਹ ਨਾ ਚੜੇ ਤਾਂ ਹੋਰ ਕੀ ਕਰ ਮੈਂ ਅੱਗੇ ਤੁਸੀਂ ਉਦਾਂ ਹੀ ਆ ਜਾਂਦੀਆਂ ਅੱਜ ਤਿਆਰ ਤਿਉਰ ਹੋਈਆਂ ਮੈਂ ਕਿਹਾ ਯਾਰ ਤਿਆਰ ਬੜੇ ਸੀ ਕੰਨਾਂ ਨਾਲ ਭਕਾਨੇ ਬੰਨੇ ਆ ਵੀ ਅਸੀਂ ਕੰਨਾਂ ਨਾਲ ਭਕਾਨੇ ਬੰਨੇ ਆ ਤਿਆਰ ਹੋ ਕੇ ਆਈਆਂ ਬਕਵਾਸ ਕਰਨ ਡਏ ਆ ਅੱਜ ਮੇਰੀ ਅਬਾਜੀ ਨੇ ਸ਼ਾਪਿੰਗ ਕਰਨ ਜਾਣਾ ਹੈ ਡੇਢ ਰੁਪਏ ਦੀ ਸ਼ਾਪਿੰਗ ਕਰਨੀ ਹਾਂ ਇਹਦੇ ਪੈਂਪਰ ਲੈਣੇ ਮੈਂ ਠੀਕ ਹੈ ਕਿ ਨਹੀਂ ਅਤੇ ਨਿੱਕੇ ਨਿੱਕੇ ਖਿਡੌਣੇ ਲੈਣੇ ਇਹਦੇ ਕਿਉਂਕਿ ਰਾਤ ਨੂੰ ਰੋਂਦੀ ਬਹੁਤ ਆ ਗੱਲ ਇਹ ਕਿ ਮੇਰਾ ਆਉਣ ਦਿਆ ਵਿਆਹ ਅਤੇ ਮੈਂ ਆਉਣ ਡਿਆ ਵੱਡੀ ਫੁੱਫੀ ਵੱਲ ਅੱਛਾ ਪਹਿਲਾਂ ਉੱਧਰ ਆਉਣਾ ਤੇਰਾ ਵਿਆਹ ਫਿਰ ਤੇਰੇ ਕੋਲ ਆਉਣਾ ਨਹੀਂ ਉੱਧਰ ਦੇ ਅੰਦਰ ਰੱਖ ਦਿੱਤੇ ਆ ਅੱਛਾ ਅਤੇ ਉੱਥੇ ਤੁਹਾਨੂੰ ਅਸੀਂ ਪ੍ਰੋਗਰਾਮ ਦੇਣਾ ਵਾ ਅਤੇ ਅਸੀਂ ਕਰ ਲਵਾਂਗੇ ਪ੍ਰੋਗਰਾਮ 'ਚ ਕਿਹੜੀ ਗੱਲ ਹੈਗੀ ਪ੍ਰੋਗਰਾਮ ਕਰ ਲਵਾਂਗੇ ਸਾਰੀ ਜ਼ਿੰਦਗੀ ਅਸੀਂ ਪ੍ਰੋਗਰਾਮ ਹੀ ਕਰਦੇ ਲੱਗ ਕਿਉਂ ਬਾਜੀ ਹਾਂ ਸਾਰੀ ਜ਼ਿੰਦਗੀ ਪ੍ਰੋਗਰਾਮ ਕਰਦੇ ਹਾਂ ਨਾਲੇ ਤੇਰੇ ਕੋਲ ਪੈਸੇ ਵੀ ਅਸੀਂ ਮੁਨਾਸਬ ਲੈ ਲਵਾਂਗੇ ਕਿੰਨੇ ਪੈਸੇ ਹੋਏ ਅਸੀਂ ਤੇਰੇ ਕੋਲ ਲੈ ਲਵਾਂਗੇ 30,000 ਰੁਪਈਆ 30,000 ਰੁਪਈਆ ਹਾਂਜੀ ਮੈਂ ਤੁਹਾਨੂੰ ਵੱਡੇ ਦੇ 70 ਦੇਵਾਂਗਾ ਛੋਟੇ ਦੇ ਮੈਂ ਤੁਹਾਨੂੰ 50 ਰੁਪਏ ਦੇਵਾਂਗਾ ਜਿਹੜਾ ਮੇਰਾ ਰੇਟ ਚੱਲਣ ਦਿਆ ਵਾ ਸਹੀ ਆ ਨਾ ਵੇ ਉਹ ਸਰਦਾਈ ਆ ਅਸੀਂ ਫੰਕਸ਼ਨ ਕਰਨਾ ਆ ਕਰਨਾ ਤੇ ਕੀ ਆ ਫੰਕਸ਼ਨ ਕੀ ਕਰਨਾ ਫੰਕਸ਼ਨ ਦੇ ਵਿੱਚ ਗਾਣੇ ਕਰਨੇ ਆ ਨੱਚਣਾ ਹੁੰਦਾ ਆ ਢੋਲ ਢਮੱਕਾ ਹੁੰਦਾ ਆ ਹੋਰ ਫੰਕਸ਼ਨ ਤੇ ਲੜਾਈ ਹੁੰਦੀ ਆ ਗਾਣੇ ਤੁਸੀਂ ਆਪ ਗਾਉਣੇ ਆ ਤੇ ਹੋਰ ਨਾਲ ਪਿੱਛੇ ਬੰਦਾ ਹੁੰਦਾ ਗਾਉਣ ਵਾਲਾ ਅਸੀਂ ਡੈਕ ਤੇ ਮੁਜਰਾ ਕਰਦੀ ਆ ਡੈਕ ਤੇ ਡੱਕ ਤੇ ਅਸੀਂ ਤੰਦੂਰ ਤੇ ਲਾ ਦੇਣਾ ਡੱਕ ਨਹੀਂ ਹੁੰਦਾ ਵੇ ਕਿੱਡਾ ਤੂੰ ਨਹਾਇਤ ਗਰੀਬ ਦੇ ਘਰ ਗਰੀਬ ਘਰ ਵਾਲਾ ਲੱਗਣ ਡਿਆ ਡੈਕ ਹੁੰਦਾ ਆ ਤੇਰੇ ਸ਼ਾਦਰੀ ਤਰੀਕ ਕਿੱਦਣ ਹੈਗੀ ਆ ਤਰੀਕ ਮੇਰੀ 8 ਤਰੀਕ ਆ ਹਾਂ ਬਾਜੀ ਆਏ ਆਏ 8 ਤਰੀਕ ਆ ਹਾਂ ਬਾਜੀ ਉਹ ਤੇ ਗੁਜਰਾਣਾ ਵੀ ਉਹ ਫੜਿਆ ਫੰਕਸ਼ਨ ਨਹੀਂ ਨਹੀਂ 8 ਤਰੀਕ ਤੇ ਤੇਰੀ ਕਚਹਿਰੀਆਂ ਦੀ ਹੈ ਜੇ ਵਿਆਹ ਦੀ ਆ ਵਿਆਹ ਦੀ ਆ ਕਚਹਿਰੀਆਂ ਦੀ ਕਿਹੜੀ ਗੱਲ ਇਹ ਤੇਰੇ ਵਰਗੇ ਨੈਨਕਸ਼ ਵਾਲੇ ਬੰਦੇ ਬਥੇਰੇ ਅੰਦਰ ਹੋਏ ਹੁੰਦੇ ਆ ਹਾਂ 24 ਘੰਟੇ ਦੂਸਰੇ ਦਿਨ ਤੇਰੀ ਤਰੀਕ ਆਈ ਹੁੰਦੀ ਹੈ ਕੇਸ ਹੀ ਇੰਨੇ ਆ ਕਿਸੇ ਦਾ ਕੁੱਤਾ ਚੁੱਕਿਆ ਕਿਸੇ ਦੀ ਬੱਕਰੀ ਖੋਲੀ ਤੇਰੇ ਮੂੰਹ ਵਾਲੇ ਜਿਹੜੇ ਨੈਨਕਸ਼ ਇਹ ਖੈਰ ਖਰੀਅਤ ਵਾਲੇ ਨਹੀਂ ਹੈ ਇਹਨਾਂ ਦੇ ਅਕਸਰ ਇਸ ਮੂੰਹ ਤੇ ਕੇਸ ਪਏ ਹੀ ਰਹਿੰਦੇ ਆ ਬਾਜੀ ਇਹਨਾਂ ਦਾ ਮੂੰਹ ਤਾਂ ਘਰੋਂ ਹੀ ਚੀਜ਼ ਚੁੱਕ ਲੈਂਦਾ ਵਾ ਹਾਂ ਅਸੀਂ ਤਾਂ ਨਹੀਂ ਤੁਹਾਨੂੰ ਮੂੰਹ ਲਾਉਂਦੀਆਂ ਆ ਮੈਨੂੰ ਕਹਿੰਦੀ ਪਰਸ ਨਾਲ ਲੈ ਕੇ ਜਾ ਮੈਂ ਕਿਹਾ ਮੈਂ ਤਾਂ ਕਦੀ ਵੀ ਨਾ ਲੈ ਕੇ ਜਾਵਾਂ ਪਰਸ ਮੈਂ ਪਰਸ ਲੈ ਕੇ ਜਾਵਾਂ ਅਗਲਾ ਪਰਸ ਚੁੱਕ ਲਵੇ ਸਾਡੇ ਪਰਸ ਦੇ ਵਿੱਚ ਤਾਂ ਪੈਸੇ ਹੀ ਬੜੇ ਹੁੰਦੇ ਆ ਗੱਲ ਇਹ ਹੈ ਜੀ ਕਿ ਆਪਣਾ ਡੈਕ ਡੁਕ ਜਿਹੜਾ ਮਹੱਲੇ ਦੇ ਵਿੱਚ ਉਹਨਾਂ ਨੇ ਲਾਉਣ ਨਹੀਂ ਦੇਣਾ ਸਾਡੇ 10 ਵਜੇ ਤੋਂ ਬਾਅਦ ਉੱਥੇ ਰੌਲੀ ਨਹੀਂ ਪਾਉਣ ਦਿੰਦੇ ਕਿਉਂ ਤੂੰ ਵਿਆਹ ਦੇਲ ਵਾਲੀ ਵਾਰਡ 'ਚ ਰੱਖਿਆ ਆ ਵੀ ਦੇਲ ਵਾਲੇ ਮਰੀਜ਼ ਦਾਖਲ ਆ ਉੱਥੇ ਰੌਲੀ ਨਹੀਂ ਪੈਣ ਦੇਣੀ ਹੈਗੀ ਉਹਨਾਂ ਦਾ ਦਿਲ ਘਬਰਾ ਜਾਂਦਾ ਸ਼ਗਨ ਵਾਲੇ ਦਿਨ ਰੌਲੀ ਤਾਂ ਪੈਂਦੀ ਆ ਅੱਛਾ ਹਾਂ ਚਲੋ ਆਪਾਂ ਹੌਲੀ ਬਾਅਦ 'ਚ ਲਾ ਲਾਂਗੇ ਆਪਾਂ ਇੱਕ ਹੋਰ ਕੰਮ ਕਰਦੇ ਆਪਾਂ ਗਾਣੇ ਲਾਉਂਦੇ ਹੀ ਨਹੀਂ ਹਾਂ ਆਪਾਂ ਉੱਥੇ ਜਨਰੇਟਰ ਸਟਾਰਟ ਕਰ ਲਾਂਗੇ ਤੁਸੀਂ ਉੱਥੇ ਨੱਚ ਲਿਓ ਹਾਏ ਹਾਏ ਮੈਂ ਮਰ ਗਈ ਦੇਖ ਤੁਸੀਂ ਹਾਂ ਬਾਜੀ ਕੈਸੀ ਤੇਰੀ ਨੇਜ਼ੇਰ ਕੀ ਸ਼ਕਲ ਆ ਅਸੀਂ 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 ਜਨਰੇਟਰ ਤੇ ਨੱਚਣ ਵਾਲੀ ਆ ਆ ਤੇ ਜਨਰੇਟਰ ਤੇ ਉਹਦੀ ਪਿੱਟ ਪਿੱਟ ਤੇ ਨੱਚੀ ਜਾਇਓ ਲੈ ਉਹਦੀ ਗਿੱਟ ਗਿੱਟ ਤੇ ਨੱਚੀ ਜਾਈਏ ਉਹ ਗਿੱਟ ਗਿੱਟ ਤੇ ਨੱਚੀ ਜਾਵੇ ਬਕਵਾਸ ਕਰਦੀ ਜਾਂ ਕੰਮ ਕਰ ਆਪਣਾ ਜਾ ਕੇ ਸਾਡਾ ਦਿਮਾਗ ਨਾ ਖਾ ਮੈਂ ਤੈਨੂੰ ਦੱਸ ਦਵਾਂ ਪਤਾ ਸਾਡੇ ਮਹੱਲੇ ਦੇ ਵਿੱਚ ਹੋਰ ਹੈ ਵੀ ਕੋਈ ਨਹੀਂ ਫੰਕਸ਼ਨ ਦਾ ਕੋਈ ਕੰਮ ਐਸਾ ਕਿ ਜਿਹੜਾ ਅਸੀਂ ਕਰਾ ਲਈਏ ਆਪਾਂ ਤੁਹਾਨੂੰ ਨਚਾ ਸਕਦੇ ਹਾਂ ਨਹੀਂ ਵੀ ਅਸੀਂ ਨੱਚ ਲਾਂਗੇ ਸਾਨੂੰ 10,000 ਰੁਪਏ ਐਡਵਾਂਸ ਦੇ ਦੇ ਹਾਂ 10,000 ਰੁਪਿਆ ਕਰ ਦਿੰਦੇ ਜੀ ਹਾਂ 10,000 ਰੁਪਏ ਐਡਵਾਂਸ ਦੇ ਨਹੀਂ ਮੈਂ ਤੁਹਾਨੂੰ 2.5 ਸਾਲ ਨਚਾਉਣਾ ਤੇ 10,000 ਰੁਪਿਆ ਦੇ ਦੇਵਾਂ ਆਹੋ ਵੀ ਇਸ ਤੇ 15 ਮਿੰਟ ਦਾ 10,000 ਲੈਣੀਆਂ ਹਾਂ ਮੈਂ ਤੁਹਾਨੂੰ ਵੱਡੇ ਦੇ 70 ਦੇਵਾਂਗਾ ਛੋਟੇ ਦੇ 50 ਰੁਪਏ ਦੇਵਾਂਗਾ ਫਿਰ ਅਸੀਂ ਗੋਸ਼ਟ ਵਾਲੀ ਦੁਕਾਨ ਤੇ ਆਈਆਂ ਆ ਕੈਸੀ ਗੱਲ ਕਰੀ ਜਾਣਦੇ ਆ ਅੱਗੇ ਵੱਡਾ ਆ ਲੈ ਲੈ ਤੇ ਛੋਟੇ ਤੇ ਆ ਰੇਟ ਦੇਸੇ ਬਕਵਾਸ ਕਰੀ ਜਾਣਦੇ ਆ ਏਡਾ ਸਾਨੂੰ ਤੂੰ ਕੰਮੀ ਸਮਝਿਆ ਆ ਤੇਰੇ ਮੂੰਹ ਵਾਲ ਵੇਖੀ ਜਾ ਰਹੀ ਹੈ ਤੇ ਭੌਂਕੀ ਜਾਣ ਡਿਆ ਆ ਜਾਂ ਕੰਮ ਕਰ ਜਾ ਕੇ ਆਪਣਾ ਹਵਾ ਚੱਟ ਪਰੇ ਹੋ ਐਵੇਂ ਥੱਪੜ ਖਾਏਗਾ ਮੇਰੇ ਕੋਲ ਤੂੰ ਤੇ ਐਵੇਂ ਗੁੱਸਾ ਹੀ ਕਰਨ ਲੱਗ ਪਈ ਤੇ ਗੁੱਸਾ ਨਾ ਕਰ 70 ਰੁਪਏ ਇਹਨੂੰ ਜਾ ਰਹੇ 50 ਰੁਪਏ ਤੂੰ ਲੈ ਲਾ ਤੂੰ ਬੜੇ ਬੱਚੇ ਦੇ ਲੈ ਲੈਂਦੇ ਸੈਂਡਲ ਖਰੀਦਣ ਡਿਆ ਆ ਬਾਜੀ ਨੂੰ 50 ਰੁਪਏ ਦੇਂਦੇ ਮੈਨੂੰ 70 ਰੁਪਏ ਕਮੇਟੀ ਪਾਈ ਆ ਸਾਡੇ ਹਾਂ ਕਮੇਟੀ ਪੈਣੀ ਤੂੰ ਚੁੱਪ ਕਰ ਜਾ ਕਰਨੀ ਸਪੀਟੋ ਬਕਵਾਸ ਬੰਦ ਕਰਿਆ ਕਰ
ਅਸੀਂ ਤੁਹਾਨੂੰ ਦੇਣੇ ਆ ਜੀ ਪੈਸੇ ਸਾਰੇ। ਇਹ ਤੇਰੀ ਸ਼ਕਲ ਤੋਂ ਇੰਜ ਲੱਗਦਾ ਲੰਡੇ ਦੀ ਗੰਢ ਤੇ ਕੋਲ ਬੈਠੀ ਆ ਮੈਂ, ਬਕਵਾਸ ਕਰਦੀ ਆ। ਅਸੀਂ ਪੈਸੇ ਤੁਹਾਨੂੰ ਦੇਣੇ ਆ ਸਾਰੇ, ਇਹ ਤੇ ਨਾਲ ਅਸੀਂ ਇਹੀ ਸਮਝਣ ਦੇ ਜਿਹਦਾ ਰਹਿਤਾ ਸਲਾਦ ਹੁੰਦਾ। ਬਕਵਾਸ ਨਾ ਕਰ ਤੂੰ ਇਦਾਂ ਕਰ, ਜੇ ਮੱਲੇਦਾਰੀ ਆ ਤੂੰ 10,000 ਰੁਪਏ ਸਾਨੂੰ ਦੇ ਦੇ, ਅਸੀਂ ਤੇ ਕੁਝ ਜ਼ਿਆਦਾ ਪੈਸੇ ਨਹੀਂ ਲੈਣੀ ਆ। ਚਲੋ ਠੀਕ ਆ ਜੀ, ਤੁਹਾਨੂੰ 10,000 ਰੁਪਇਆ ਦੇ ਦੇਵਾਂਗੇ। ਹਾਂ ਤੇ ਕੋਈ ਆਪਣਾ ਤੁਸੀਂ ਵਿਖਾਓ ਤੇ ਸਹੀ, ਤੁਸੀਂ ਡਾਂਸ ਕਿਹੋ ਜਿਹੀਆਂ ਕਰਦੀਆਂ ਜੀ? ਕੀ ਵਿਖਾਵਾਂ ਹੁਣ ਤੈਨੂੰ ਮੈਂ, ਹੈ ਤੈਨੂੰ ਕਿਦਾਂ ਕੀ ਦਿਖਾਵਾਂ? ਉਹ ਗਾਣਾ ਗੁਣਾ ਲਾਈਏ ਤੇ ਫਿਰ ਨੱਚ ਲਓਗੇ ਤੁਸੀਂ? ਹਾਂ ਹਾਏ ਵੀ ਗਾਣਾ ਭਾਵਾਂ ਲਾ ਲਾ। ਹਾਂ ਜੀ ਆਪਣੇ ਕੋਲ ਟੇਪ ਟੂਪ ਤੇ ਇੱਥੇ ਹੈ ਨਹੀਂ ਨਾ ਡੈਕ ਡੂਕਾ ਤੇ ਆਪਾਂ। ਹਾਂ ਤੁਸੀਂ ਉੱਠੋ, ਮੈਂ ਤੁਹਾਨੂੰ ਲਾ ਕੇ ਦੇਣਾ, ਤੁਸੀਂ ਉੱਤੇ ਦੇਖ ਲੈਣੀ ਕਿਤੇ ਸਨੀ ਨਾ ਆ ਜਾਵੇ ਪੈਰ ਦਿਖਾਉਣ ਲੱਗੇ ਆ। ਉਹ ਦੀਮੇ ਲਾਵੇ ਜ਼ਰਾ ਡੈਕ ਜਲਦੀ ਜਲਦੀ, ਮੈਂ ਉਰੇ ਆ ਡੈਕ ਲਾਵੇ ਜ਼ਰਾ ਆ ਡੈਕ ਪਿੱਛੇ ਹਟ ਗਿਆ ਮੀ ਨਹੀਂ। ਹਾਂ ਮੇਰੇ ਵਿੱਚ ਨਾ ਵੱਜੇ। ਹਾਂ ਚੱਲ ਵੇ ਲਾ ਜ਼ਰਾ ਡੈਕ। ਚਲੋ ਜੀ ਕਾਹਦੀ ਆਵਾਜ਼ ਤੇ ਘੁੰਮ ਕੇ ਘੁੰਮ ਕੇ ਜ਼ਰਾ। ਸਰ ਫਿੱਟੇ ਮੂੰ ਉੱਤੇ ਆ ਜਾ, ਬੰਦ ਕਰ। ਆਏ ਆਏ ਉਹ ਨਾ ਨਾ ਚਾਹ ਕਿਸੇ ਜਾਣ ਦੀ ਏ, ਉਹ ਮਜ਼ਾ ਆਉਣ ਦੇ ਆ, ਮੈਂ ਤੇਰੇ ਚੰਨ ਮਾਰਨੀ ਮੂੰਹ ਤੇ ਆ ਡੱਕ। ਆਏ ਆਏ ਮਜ਼ਾ ਆ ਗਿਆ, ਕਰ ਲੱਖ ਲਾਣਾ ਤੇਰੇ ਡੱਕ ਤੇ। ਬਾਜੀ ਮੈਨੂੰ ਜਾਣ ਦੇ, ਅਸੀਂ ਕਿੱਡੀਆਂ ਅਸੀਂ ਕਿੱਡੀਆਂ ਘੱਟੀਆਂ ਆ, ਅਸੀਂ ਉੱਤੇ ਨੱਚਣ ਲੱਗ ਪਈਆਂ। ਬਾਜੀ ਮੈਨੂੰ ਜਾਣ ਦੇ, ਮੈਂ ਟੱਕਰ ਮਾਰਾਂ। ਲੱਖ ਲਾਣਾ ਤੇ ਤੇਰੇ ਡੱਕ ਤੇ, ਡੱਕ ਵੇਖੋ ਉਹ ਗੋਟ ਫਿੱਟੇ ਮੂੰਹ ਤੇਰੇ ਡੱਕ ਤੇ ਤੇ ਲੱਖ ਲਾਣਾ ਸੁਣਨ ਵਾਲਿਆਂ ਤੇ। ਬਗੈਰਤ ਨਾ ਹੋਵੇ ਤਾਂ ਤੂੰ ਵੀ ਦੇ ਸਪੀਡੋ ਜੀ ਲਾਲੇ ਕਰਨ ਨਾ ਪਈਆਂ। ਬਾਜੀ ਮੈਨੂੰ ਤਾਂ ਤੂੰ ਵੇਖ ਦਸੀ ਆਵਾਜ਼ ਕਾਦੀ ਆ। ਬਾਜੀ ਮੈਨੂੰ ਤਾਂ ਪਤਾ ਹੀ ਨਹੀਂ, ਜਿੱਦਾਂ ਤੁਸੀਂ ਕਰੀ ਜਾਂਦੇ ਮੈਂ ਵੀ ਐ ਕਰਨ ਜਾਂਦਾ। ਮੈਂ ਤਾਂ ਇਹ ਸਮਝਿਆ ਵੀ ਗਾਣੇ ਤੋਂ ਪਹਿਲਾਂ ਆਵਾਜ਼ ਆ ਗਾਣਾ ਪਿੱਛੇ ਲੱਗਣਾ ਹਜੇ। ਹਾਂ ਬਾਜੀ ਇਹ ਤਾਂ ਮੈਨੂੰ ਪਤਾ ਹੀ ਲੱਗਾ। ਹੁਣ ਮੇਰੇ ਕੋਲ ਡੈਕ ਕੋਈ ਟੇਪ ਨਹੀਂ ਹੈਗੀ ਤੇ ਮੈਂ ਇਹੀ ਲਾਉਣਾ ਵਾ। ਤੂੰ ਤਾਂ ਕਿਸੇ ਮਸਤ ਨੂੰ ਲੈ ਕੇ ਜਾਵੇ ਤੇ ਮੈਂ ਬੜੇ ਸਹੀ ਬਦਲ ਚ ਆਏ ਆ। ਇਹਦੇ ਨਾਲ ਤਾਂ ਮੂੰਹ ਨਾ ਗਾ ਲੈਣਾ ਕੀ ਇਹ ਜੋਮਾਲਾ, ਇਹ ਜੋਮਾਲਾ, ਇਹ ਜੋਮਾਲਾ ਇਹ ਆ ਵੇ ਹੈ ਵੀ ਤੂੰ ਉਹਨੂੰ ਬੰਦ ਕਰ। ਤੂੰ ਇਹੀ ਕਿਹੜਾ ਹੀ ਜੋ ਮਾਲਾ, ਅਸੀਂ ਸਮਝਿਆ ਕਿ ਤੇਰੀ ਮਸ਼ੀਨ ਸਹੀ ਹੋ ਗਈ। ਬਾਜੀ ਇਹਨੇ ਸਾਨੂੰ 10,000 ਨਹੀਂ ਦੇਣਾ, ਇਦਾਂ ਹੀ ਮੂਵੀ ਬਣਾ ਕੇ ਘਰ ਦਿਖਾ ਦੇਣੀ ਆ ਕਿ ਮੈਂ ਸਾਨੂੰ ਤਾਂ ਪਤਾ ਕਰ ਲਈ ਬਸ ਵੀ ਹੁਣ ਬਕਵਾਸ ਨਾ ਕਰੀ। ਮਜ਼ਾ ਆ ਗਿਆ ਕਸਮੇ, ਨਹੀਂ ਸਾਡਾ ਇਹ ਮਿਆਰ ਹੀ ਇਸ ਡੈਕ ਤੇ ਨੱਚਦੀਆਂ ਸੋਹਣੇ ਗਾਣੇ ਲੱਗੇ ਹੁਣ ਵੇ ਸੋਨੇ ਦਿਆ ਕੰਗਣਾ ਵੇ ਸੌਦਾ ਇੱਕ ਐਦਾਂ ਦੇ ਗਾਣੇ। ਇੱਥੇ ਮੈਂ ਹੁਣ ਡੈਕ ਕਿੱਥੇ ਲਿਆਵਾਂ? ਨਹੀਂ ਆਵੇਗਾ ਮੈਂ ਬੁੱਲਾ ਨਾਲ ਤਰਤੀ ਸਜਾਵਾਂਗੀ। ਇਹ ਗਾਣਾ ਤੇ ਮੇਰੇ ਮੋਬਾਈਲ 'ਚ ਹੈਗਾ ਵਾ ਤੇ ਫਿਰ ਲਾ। ਹਾਂ ਮੈਂ ਮਰ ਗਈ, ਨਾਲੇ ਪੈਸੇ ਦੇ ਅਸੀਂ ਤੇ ਉਦਾਂ ਕਰਨਾ ਸਿੱਧੀ ਸਾਫ ਗੱਲ, ਅਸੀਂ ਕੋਈ ਪੈਸੇ ਸਰ ਪੈਸੇ ਦਿਓ ਤੁਹਾਡੇ ਕੋਲ 120 ਰੁਪਏ ਲੈਣੇ ਆ ਨਾ ਤੇ ਵਿੱਚੋਂ 30 ਦਾ ਕਰ ਦਿਓ ਡਾਂਸ ਬਕਾਇਆ। ਮੈਂ ਬਕਵਾਸ ਬੰਦ ਕਰ ਵੇ, ਉਹ ਤੇ ਇੰਨਾ ਕੁ ਬਣਦਾ ਹੈ ਬੇੜਾ ਗਰਕ ਜੇ ਤੇਰਾ ਜੱਦ ਵਾਓ ਕਿਸੇ ਪਾਸੇ। ਚਲੋ ਠੀਕ ਆ, ਨਹੀਂ ਤੇ ਨਾ ਸਹੀ, ਮੈਂ ਤੇ ਉੱਥੇ ਸਾਰੀ ਦੁਕਾਨ ਦੀ ਸੇਲ ਚੁੱਕ ਲਈ ਸੀ, ਮੈਂ ਕਿਹਾ ਅੱਜ ਅਸੀਂ ਵੱਡੇ ਨੋਟ ਹੀ ਦੇਣੇ ਇਹਨਾਂ ਨੂੰ। ਸਾਡਾ ਦਫਾ ਮਾਰਨੀ ਬਣਿਆ ਬਾਜੀ, ਇਹ ਕੋ 2000 ਐਡਵਾਂਸ ਫੜ ਲੈ, ਦੋ ਪੈਰ ਹੀ ਦਿਖਾਣੇ, ਤੇਰੇ ਕਿਹੜਾ ਫਿੰਸੀ ਨਿਕਲੀ ਆ ਪੈਰ ਤੇ? ਹਾਂ ਨਹੀਂ ਤੇਰੇ ਬੜੇ ਜ਼ਖਮ ਆ, ਤੂੰ ਨੱਚ ਲੈ, ਤੂੰ ਤਾਂ ਨਜ਼ਰ ਵੀ ਨਹੀਂ ਆਉਣਾ ਹੈਗਾ ਬਾਜੀ ਤੇਰਾ ਤੇ ਉਹਨੇ ਫੇਰ ਤੂੰ ਤਾਂ ਨੱਚਦੀ ਵੀ ਇੰਜ ਲੱਗਦਾ ਛੱਤ ਵਾਲਾ ਪੱਖਾ ਡਿੱਗ ਪਿਆ। ਨਹੀਂ ਤੇ ਚਬਲਾ ਮਾਰ ਨਹੀਂ ਹੈ, ਮੋਬਾਈਲ 'ਚ ਗਾਣਾ ਲਾਦਾ ਫੇਰ ਨੱਚੋਗੀ? ਹਾਂ ਮੋਬਾਈਲ ਤੇ ਨੱਚ ਲਈਦਾ ਠੀਕ ਆ। ਹਾਂ ਦੀਮੇ ਉਰੇ ਆ, ਪੈਸੇ ਪੜਾ ਦੇ ਨਾ। ਪੈਸੇ ਪੜਾ ਦਈਏ? ਹਾਂ ਪੈਸੇ ਸਾਨੂੰ ਦੇ ਦੇ, ਪੈਸੇ ਜਿਹੜੇ ਆ ਨਾ ਜੀ ਉਹਦੀ ਕੋਈ ਟੈਨਸ਼ਨ ਨਹੀਂ ਤੇਰੇ ਸਰ, ਉਹ ਤੇ ਦੋ ਗਾਣੇ ਵੱਧ ਕਰ ਦਿੰਦੀਆਂ। ਆਹੋ ਆ ਫੜੋ ਆ ਫੜੋ, ਆ ਗਾਣੇ 'ਚ ਪਹਿਲਾਂ ਹਵਾ ਭਰਾਉਣੀ ਆ ਬਾਜੀ। ਆਹੋ ਫੜੋ, ਕੁਛ ਆ ਹੀ ਰਿਹਾ ਵਾ ਬਈ, ਆ ਦੇ ਵੇ ਨੋਟ ਦੇਣੇ ਆ ਦਾ। ਨੱਚੋਗੀਆਂ ਉਦੋਂ ਦੇਵਾਂਗਾ ਮੈਂ। ਹਾਂ ਚੱਲ ਗਾਣਾ ਲਾ ਤੂੰ, ਚਲੋ ਮੈਂ ਲਾਵਾਂ ਮੋਬਾਈਲ ਚਲਾਵਾਂ, ਮੋਬਾਈਲ ਚਲਾ ਦੇ ਦੀਮੇ, ਮੈਂ ਆਵੇਗਾ ਮੈਂ ਫੁੱਲਾਂ ਨਾਲ ਮੋਬਾਈਲ ਘੁਮਾ ਦੇ ਯਾਰ। ਹਾਂ ਜ਼ਰਾ ਅੱਛੀ ਜੀ ਚੱਲ ਨਹੀਂ ਉਹਨੂੰ ਦਿੱਲੀ ਵਾਲ ਇਹਦੇ ਲਾਗੇ ਆ ਜਾਓ, ਅਦੇਹੇ ਵੀ ਲਾਗੇ ਕਰੇ, ਉਹ ਡੱਕ ਦੇ ਲਾਗੇ ਆ ਜਾਓ, ਡੱਕ ਦੇ ਡੱਕ ਦੇ। ਇਹ ਜਿੱਦਾਂ ਦਾ ਡੱਕ ਹੈ ਇਹ ਚ ਬਾਹ ਆ ਜਾਣੀ ਹੈ। ਮਾਹੀ ਆ ਹਾਏ, ਬੰਦ ਕਰ ਬੰਦ ਕਰ, ਕੁੱਤੇ ਆ ਗਿਆ ਕੀ ਬੰਦ ਕਰ, ਬਗਾਰਤ ਘਟਿਆ ਜਿਆ ਨਾ ਹੋਵੇ ਤਾਂ ਮੈਂ ਸਮਝਿਆ ਕਰੇ ਗਾਣੇ ਦਾ ਸਟਾਰਟ ਆ, ਗਾਣਾ ਹਜੇ ਪਿੱਛੇ ਆਉਣਾ ਆ। ਕੀ ਗਾਣਾ ਲੱਗਣਾ ਸੀ ਵਿੱਚ ਫਿੱਟੇ ਮੂੰਹ ਤੇਰਾ? ਇਹ ਚ ਅਸੀਂ 150-200 ਗਾਣਾ ਰਗੜੇ ਆ ਪੂਰਾ ਬਾਜੀ। ਬਾਜੀ ਇਹਨੇ 2 ਗਲਾਸ ਪਿਆ ਕੇ 4 ਗਲਾਸ ਕਢਾ ਲਏ ਆ। ਦੇ ਤਾਂ ਸਹੀ, ਹੋ ਭਗਤ ਅੱਲਾ ਹੋ ਭਗਤ ਅੱਲਾ, ਲੱਖ ਲਾਣਾ ਤੇਰੇ ਗਾਣੇ ਤੇ ਸਾਡੀ ਸਮਝ ਬੋਲ ਹੀ ਨਹੀਂ ਆਉਣ ਡਿਆ। ਮੈਂ ਕਹਿੰਦਾ ਕਿਹੜੇ ਬੋਲ ਤੇ ਐ ਕਰਨਾ, ਦਵਾ ਹੋ ਜਾ। ਚਲੋ ਤੁਹਾਡੀ ਮੌਤ ਆ ਜੇ ਆ, ਹੋਏ ਮੈਂ ਮਰ ਗਈ। ਮੈਂ ਸਮਝਿਆ ਗਾਣੇ ਦਾ ਸਟਾਰਟ ਆ ਤੇ ਗਾਣਾ ਵੇਖ ਲਓ ਕੈਸਾ। ਪੈਸੇ ਉਂਝ ਨਹੀਂ ਤੇ ਆ ਜੋ ਭੁਗ ਗੱਲ ਆ, ਜੋ ਭੁਗ ਗੱਲ ਆ ਬਾਜੀ। 500 ਰੁਪਏ ਦਾ ਫੇਰ ਮੈਦਾ ਲਿਆਣਾ ਪੈਣਾ, ਕਿਉਂਕਿ ਤੁਸੀਂ 500 ਰੁਪਏ ਮੈਦੇ ਨਾਲ ਤਿਆਰ ਹੁੰਦੇ ਹੋ। ਨਹੀਂ ਬਕਵਾਸ ਨਾ ਕਰ,
ਵੇਖ ਸਨੀ ਆਇਆ ਕਿ ਨਹੀਂ ਸਾਡੀਆਂ ਅੱਖਾਂ ਸਾਹਮਣੇ ਦੂਰ ਹੋ ਜਾ ਗੱਲਾਂ ਦਾ ਬਹੁਤ ਨਹੀਂ ਹਏ ਬਾਜੀ ਨਿਸ ਪੀਟੋ ਹਾਂ ਜੀ ਬਾਜੀ ਉਹ ਸਨੀ ਆ ਰਿਹਾ ਹਾਂ ਬਾਜੀ ਗੱਡੀ ਦੇ ਸਨੀ ਆ ਗਿਆ ਨਹੀਂ ਦੁਪੱਟਾ ਲੈ ਲਓ ਸਿਰ ਤੇ ਹਾਂ ਮੇਰੇ ਤੇ ਉਹਨੂੰ ਐਡੇ ਸਖਤ ਹੈਗੇ ਆ ਮੈਨੂੰ ਤੇ ਇੱਕ ਮਿੰਟ ਨਹੀਂ ਬਾਹਰ ਨਿਕਲ ਦਿੰਦੇ ਬਾਜੀ ਹਾਂ ਆ ਗਏ ਨਹੀਂ ਆ ਕੇ ਚੁੱਪ ਕਰ ਜਾ ਨਹੀਂ ਬਾਜੀ ਕੇਕ ਲਿਆ ਇਹ ਕਹਿਣਾ ਆ ਅਸੀਂ ਹੁਣੀ ਆ ਕੇ ਬੈਠੀਆਂ ਹੀ ਆ ਜੀ ਹਾਂ हेलो सनी इन्नी देर लगाती तू आ सरदाई वाला सानू मजाक करन रहा सी हैं इन्ना मजाक किया इन्ना खपाया इन्हें सानू इन्ना खपाया मैनू कहंदा वीरे भी सनी आ रहा देख किनू मेरे दोस्त ने सनी आ सी सनी तेनू क्यों आया ओ कैसा है दा बेलचे वरगा मुंह आ ओदा एदा सानू खा पाया मर गई सनी देख लो कैसी बातें कर रहा है आ सनी लई फिरन नहीं है हैं ਸਰੀ ਅਸੀਂ ਨਹੀਂ ਪੀਣਾ ਅਸੀਂ ਉਸ ਬਾਜ਼ਾਰੋਂ ਪੀ ਲੈਣਾ ਅਸੀਂ ਪੀਣਾ ਹੈਗਾ ਚਲ ਫਾਇਦਾ ਨਹੀਂ ਟਰਾਲੇ ਵਾਲਾ ਮੂੰਹ ਆ ਨਾ 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 ਲੜਨਾ ਨਹੀਂ ਅਸੀਂ ਅੱਜ ਚਲੀ ਓਏ ਪਹਿਲੇ ਦੇ ਪੈਸੇ ਦਿਓ ਅਸੀਂ ਚਲ 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 ਅੱਗੇ ਚਲ ਅੱਗੇ ਚਲ ਬੈਠੋ ਤੁਸੀਂ ਵਧੀਆ ਆ ਵਧੀਆ ਆ ਓ ਪੈਸੇ ਦਿਓ ਓ ਪਹਿਲੇ ਦੇ ਪੈਸੇ ਦਿਓ ਓ ਪੈਸੇ ਦਿਓ ਓ ਸਲੀ ਓ ਤਾ